ਕਾਕੇ ਦੇ ਕੀ ਰੱਖਦੇ ਆ ਮਾਮਾ ਮਾਮੀ ਮਾਮਾ ਮਾਮੀ ਮਾਮਾ ਮਾਮੀ ਹੈ ਨਾ ਪੁੱਛਣ ਡੇ ਨੇ ਖੱਟੇ ਹੁੜੇ ਲਿਖਾਉਣਾ ਖੱਟੇ ਹੁੜੇ ਅੱਜ ਲਾਉਣ ਵਾਲਾ ਮਾਮਾ ਅੱਜ ਵੀ ਖੱਟਾ ਪਾਇਆ ਇਹ ਮਾਮੀ ਆ ਜੀ ਮੁੰਡੇ ਦੀ ਕਾਕਾ ਲੈ ਨਾ ਅਸੀਂ ਤਾਂ ਲੱਗੇ ਉਹਨੂੰ ਗੱਡੀ 'ਚ ਬਿਠਾਉਣਾ ਕਿਉਂ ਕੀ ਗੱਲ ਚੁੱਪੋ ਮਾਮੀ ਚੱਲੇ ਆ लो जी बधाई सिलसिला जारी है जी ਹੋਰ ਵਧਾਈ ਦਾ ਨਾਮ ਆ ਗਿਆ ਢੋਲ ਵਾਲਾ ਫਲੇ ਭੰਗੜਾ ਪਾ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ ਫਤਿਹ ਨੇ ਪਾਇਆ ਸੀ ਲੜਾਈ ਤੇ ਹੁਣ ਲੈ ਗਿਆ ਚੀਜ਼ੀਆਂ ਲੈ ਕੇ ਖੁਸ਼ ਹੋਣੋ सारे बच्चे खड़ दिया वेखो चॉकलेट आडी काके मम्मा अज वेख लो चार्जर नहीं उत्थे तीन क्या तो अभी ताड़ी गल मान ली है झूठ की कौन वा जरा मामू मन्ना मामू मन्ना मामू तू हां फिर दया दूजा मामू ते मन्ना झूठ बोलदा झूठिया 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 सताउना मैनू सताउना हां मैं चीजें वापस घर आउणियां मैं चीजें वापस घर आउणियां तू मेरा नाम सही लिया डया केड़ा मामू गलम केड़ा मामू गोरा मामू वे केड़ा वे तन्नू नहीं पता कौन है केड़ा मामू ता तू केड़ा मन्ना मामू मन्ना मामू तेनू पसंद ही नहीं आउंदी मेरी आज समरी स्कूल गई समरी स्कूल गई ते ओदा नहीं लगन रिया जी मैनू ले गए ले गए हुणे ने ते कहिंदी पापा मेरा बड़ा तेन औखा लंघिया अज ते ओ आ ताई अम्मा दे घर बदलन दी ना तो की कपड़े चेंज करके फिर आऊगी ओ आऊगी कपड़े चेंज करके नहा धो के उधरों ते फिर ते कहिंदी मैं मिंटो मिंटी तैयार हो के आ गई पापा ते गुरु गुरु नू ठा दे जाके सुता ना वे मैं खेडना आना ते गुरु गुरु वेट बेची वेट बेच अपनी दीदी दी ते कर रहा वा दूध दूध पी रहा अपनी मदर 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 फीड वो ले रहा आ गई सैमू आ गई आ गई आ गई आ गई आ गई आ गई आई वर्दी बड़ी छेती बड़ी छेती बड़ी छेती आ गई ते करो बाद आई है हां साल बाद आई है हां साल बाद आई है हां भी बड़े लंबा टाइम लगन डे समरी ओए उठ के सर आडा जी कांडे आई आपा जाके स्कूल ले आई है उठ की सर तू हां लगन डे है मैं स्कूल लगन लग गया ਅਸੀਂ ਸਕੂਲ ਜਾ ਕੇ ਲੈ ਆਈਏ ਸਮਰੀਨ ਨੂੰ ਆਈ ਮਿਸ ਕਰਨ ਡੇ ਤੈਨੂੰ ਅੱਗੇ 12 ਵਜੇ ਆਉਂਦੀ ਅੱਜ ਆਈ 2:30 ਵਜੇ ਹਨਾ ਜ਼ਿਆਦਾ ਟਾਈਮ ਵਧਾਤਾ ਨਾ ਸਕੂਲ ਦਾ ਸਾਡੇ ਭਰਾਂ ਠੀਕ ਨਾਲੇ ਗਰਮੀ ਬੜੀ ਆ ਤੇ ਬੱਚੇ ਫਿਰ ਗਿੱਜੇ ਆ ਹੌਲੀ ਹੌਲੀ ਜੇ ਗਿੱਜਣਗੇ ਕਿਦਾਂ ਦੇ ਰਿਹਾ ਸਕੂਲ ਸਮੇਂ ਸਿਮੋ ਅੱਜ ਆਹ ਤੁਸੀਂ ਦੇਖ ਕਿੰਨਾ ਪਸੀਨਾ ਆਇਆ ਸਿਰ 'ਚ ਵੀ ਪਸੀਨਾ ਆ ਹਨਾ ਕਿੰਨੀ ਗਰਮੀ ਲੱਗਦੀ ਹੈ ਬੱਚਿਆਂ ਨੂੰ ਬੜੇ ਚਮਾਸਾ ਹਜੇ ਮੇਰੇ ਪੈਰ ਖਾਂ पसीने भिजे बस च सारे 15 बच्चे ही वड्डी बस ही
ਡਰਾਈਵਰ ਕਹਿੰਦਾ ਕਿ ਬੰਦੇ ਸਾਰੇ 15 ਨਿਆਣੇ ਆਉਂਦੇ ਆ ਸਾਡਾ 1000 ਤੇਲ ਲੱਗਦਾ ਵਾ ਪਤੀ ਕਹਿਣਾ ਕਿ ਤੂੰ ਪਰ ਤੂੰ ਸਾਰੀ ਭੜੀ ਹੋਈ ਤੇ ਬਸ ਪਿਛਲੀ ਸੀਟ ਇੰਨੀ ਖਾਲੀ ਉਹਦੇ ਤੇ ਮੈਂ ਬੈਠ ਗਈ ਫਿਰ ਤੂੰ ਕਹਿਣਾ ਕਿ ਤੂੰ ਕਿਰਾਇਆ ਤੇ ਲੈਣਾ ਮਹੀਨੇ ਦਾ ਡੇਗੋ ਹਨਾ ਆਹੋ ਤਾਂ ਆਪਾਂ ਇੱਥੇ ਜਾਇਆ ਕਰਨਾ ਬਸ ਚ ਆਪਣੀ ਤੇ ਆਹੋ ਮੈਂ ਕਹਿ ਦੇਣਾ ਕਹਿ ਦੀ ਤੇ ਉਹਨੂੰ ਕਹਿ ਹੁਣ ਨਾ ਹੁਣ ਇਹ ਕੀ ਕਰੀਏ ਸਕੂਲ ਵਾਲੇ 3 ਦਿਨ ਛੱਡ ਦੇ ਤੇ ਇਹ 3 ਦਿਨ ਹੀ ਆਉਣਾ ਹਾਂਜੀ ਆਪੇ ਦੀਦੀ ਖੜਿਆ ਕਰ ਸਕੂਲੇ ਨਾਲ ਨਿੱਕਰ ਪਾ ਦੋ ਨਿੱਕਰ ਪਾ ਤੀ ਉਹ ਬਾਅਦ ਚ ਕਹਿੰਦੀ ਤੌਲੀਆਂ ਨੀ ਲੈਣਾ ਹੁਣ ਇਹਨੇ ਨਿੱਕਰ ਪਾਈ ਆ ਉਹਨੇ ਪੋਟੀ ਕਰਤੀ ਤੇ ਗੁਰਵਰ ਦੀ ਪਾਰਟੀ ਤੱਕ ਸਾਡੇ ਸਬਸਕ੍ਰਾਈਬਰ ਕਰ ਦੋ 50,000 ਪਾਰਟੀ ਦਵਾਂਗੇ ਕੈਨੇਡਾ ਵੀ ਜਾਵਾਂਗੇ ਅਮਰੀਕਾ ਵੀ ਜਾਵਾਂਗੇ ਕਿਉਂ ਸੱਦ ਲਿਓ ਫਿਰ ਆਵਾਂਗੇ ਉਹਦੇ ਜਾਣ ਜਾਣਾ ਤੇ ਸਾਡੇ ਸਬਸਕ੍ਰਾਈਬਰ ਕਰ 50,000 ਸਬਸਕ੍ਰਾਈਬਰ ਕਰ ਦੋ ਸਾਡੇ ਗੁਰਵਰ ਦੀ ਪਾਰਟੀ ਆ ਸੈਮੂ ਦੀ ਆ ਗਈ ਰੋਟੀ ਦੀਦੀ ਲੈ ਕੇ ਆਈ ਕੋਮਲ ਦੀਦੀ ਸਮਰਿਧੀ ਕੀ ਰਿਹਾ ਕਰਦੀ ਹੁਣ ਪੜ੍ਹਾਉਂਦੀ ਵੀ ਇਹ ਆ ਸਮਰਿਧੀ ਦੁਪਹਿਰ ਦਾ ਖਾਣਾ ਲੂਣ ਵਾਲੇ ਚੌਲ ਤੇ ਦਹੀਂ ਗੁਰਵਰ ਕਰਦੇ ਪੋਟੀ ਫਿਰ ਇੱਥੇ ਨਹੀਂ ਕੀਤੀ ਨੀ ਤੁਸੀਂ ਕੱਲ ਹੀ ਕੀਤੀ ਆ ਚੱਲ ਠੀਕ ਆ ਚਲੋ ਮਿਲਦੇ ਅਗਲੇ ਕਲਿੱਪ ਚ ਪੋਟੀ ਕਿਤੇ ਸਸਤੀ ਮਿਲਦੀ ਅਗਲੇ ਕਲਿੱਪ ਪਾਪਾ ਅਗਰ ਅਗਰ ਨੇ ਕਪੀ ਕ ਵੇ ਐ ਚ ਮਿਲ ਦੇ ਅਗਲੇ ਕਲਿੱਪ ਚ ਮਿਲਦੇ ਆ ਅਗਲੇ ਕਲਿੱਪ ਚ ਮਿਲਦੇ ਆ ਤੇ ਸਾਡੇ ਅੱਜ ਹੋ ਰਹੀ ਆ ਮੀਟਿੰਗ ਕਿਸਾਨ ਅੰਦੋਲਨ ਬਾਰੇ ਦਿੱਲੀ ਬਾਰੇ ਅਤੇ ਉਹਦੇ ਬਾਰੇ ਕਰ ਰਹੇ ਵਿਚਾਰ ਵਟਾਂਦਰਾ ਕਿ ਫਿਰ ਜਿੱਦਾਂ ਸਾਡੀ ਤਾਂ ਲਗਾਤਾਰ ਇੱਥੋਂ ਜਿੱਦਾਂ ਜ਼ਿਆਦਾ ਵੀ ਜਾ ਰਹੇ ਆ ਉਦਾਰੀ ਬੰਦੀ ਹੈ ਜਾਂ ਦਿੱਲੀ ਧਰਨੇ ਦੇ ਅਤੇ ਉਸ ਬਾਰੇ ਹੋਰ ਵਧੀਆ ਹੰਕਾਰਾ ਭਰਨ ਵਾਸਤੇ ਫਿਰ ਮੀਟਿੰਗ ਕੀਤੀ ਅੱਜ ਅਤੇ ਮੈਂ ਜਾ ਰਿਹਾ ਉੱਥੇ ਤੁਹਾਨੂੰ ਦੱਸਦੇ ਉੱਥੇ ਕਿਹੜੇ ਕਿ ਕੀ ਮੀਟਿੰਗ ਕਰਦੇ ਕਿਸਾਨ ਅੰਦੋਲਨ ਬਾਰੇ ਕਿਸਾਨ ਆਗੂ ਸਾਡੇ ਇਲਾਕੇ ਦੇ ਉਹਨਾਂ ਮੈਨੂੰ ਫੋਨ ਕੀਤਾ ਕਿ ਤੁਸੀਂ ਵੀ ਆਇਓ ਅਤੇ ਆਪਾਂ ਜਾ ਰਹੇ ਹਾਂ ਤੁਹਾਨੂੰ ਦਿਖਾਲਦੇ ਉੱਥੇ ਲਿਖਾਰੀ ਲਿਖੂਗਾ ਤੇ ਮੇਰਾ ਨਾਂ ਹੱਥ ਭਜਾਉਣ ਚਾਹੂਗਾ ਗਲਾਉਣ ਚ ਲਾਊਗਾ ਆਪਣਾ ਨਾਂ ਮੈਂ ਮਸ਼ਹਿਰੀ ਇਹਨਾਂ ਦਾ ਮੇਰਾ ਬਹੁਤ ਧੰਨਵਾਦ ਕਰਦਾ ਕਿ ਲਗਭਗ ਥੋੜੀ ਬੋਟੀ ਮਾਫ ਜ਼ਰੂਰ ਉਹਨਾਂ ਨੇ ਭਾਈ ਆ ਬਹੁਤ ਲੋਕਾਂ ਨੂੰ ਗਾਈਡ ਕੀਤਾ ਬਹੁਤ ਪ੍ਰੇਰਨਾ ਦਿੱਤੀ ਆ ਕਿਉਂਕਿ ਮਾਧਿਅਮ ਜਿੱਦੇ ਕੋਈ ਚੰਗਾ ਕੰਮ ਕਰਦਾ ਤੇ ਉਹਨੂੰ ਭਰਾਓ ਉਹਦਾ ਸਾਥ ਜ਼ਰੂਰ ਦਿਓ ਕਿਉਂਕਿ ਇਹਨਾਂ ਲੀਡਰਾਂ ਨੂੰ ਆਪਾਂ ਬਹੁਤ ਵੇਖ ਲਿਆ